ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ YouTube ਚੈਨਲ ਸਪੋਰਟ ਫॉर এডੂਕੇਸ਼ਨ ਵਿੱਚ ਮੈਂ ਹਰਵਿੰਦਰ ਸਿੰਘ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅੱਜ ਅਸੀਂ ਕਰਾਂਗੇ ਪੰਜਾਬੀ ਜਮਾਤ ਪੰਜਵੀਂ ਪਹਿਲੀ ਪਾਠਸ਼ਾ ਦਾ ਨੌਵਾਂ ਪਾਠ ਪਾੜਤਾ ਨਾ ਹੈ ਸੁੰਢ ਤੇ ਹਲਦੀ ਜੋ ਕਿ ਲਿਖੀ ਹੈ ਡਾਕਟਰ ਬੰਜਾਰਾ ਬੇਦੀ ਨੇ ਦੋਸਤੋ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸੁੰਢ ਕਿਸ ਨੂੰ ਕਹਿੰਦੇ ਹਨ ਸੁੰਢ ਸੁੱਕੀ ਹੋਈ ਅਦਰਕ ਨੂੰ ਕਿਹਾ ਜਾਂਦਾ ਹੈ ਤੇ ਹਲਦੀ ਵੀ ਇੱਕ ਤਰ੍ਹਾਂ ਦਾ ਮਸਾਲਾ ਹੀ ਹੈ ਤੇ ਇਸ ਕਹਾਣੀ ਵਿੱਚ ਇਹਨਾਂ ਦਾ ਮਾਨਵੀਕਰਨ ਕੀਤਾ ਗਿਆ ਹੈ ਤੇ ਇਸ ਕਹਾਣੀ ਵਿੱਚ ਸੁੰਢ ਤੇ ਹਲਦੀ ਦੋ ਪੈਣਾ ਦੇ ਨਾਂ ਹਨ ਆਓ ਸ਼ੁਰੂ ਕਰਦੇ ਹਾਂ ਕਹਾਣੀ ਸੁੰਢ ਤੇ ਹਲਦੀ ਬਹੁਤ ਪੁਰਾਣੇ ਵੇਲੇ ਦੀ ਗੱਲ ਹੈ ਕਿ ਸੁੰਢ ਤੇ ਹਲਦੀ ਦੋ ਸਖੀਆਂ ਪੈਣਾ ਸੰਗ ਉਹਨਾਂ ਦੀ ਮਾਂ ਦਾ ਨਾਂ ਸੀ ਕਾਲੀ ਮਿਰਚ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਐ ਕਹਿੰਦੀ ਹੋਈ ਉਹ ਚਾਹ ਨਾਲ ਗੁਰਗੁਣਾਉਣ ਲੱਗੇ ਨਾਨਕੇ ਕਰ ਜਾਵਾਂਗੇ ਲੱड्डੂ ਪੇੜ ਖਾਵਾਂਗੇ ਮੋਟੇ ਹੁਕੇ ਆਵਾਂਗੇ ਉਸਦੀ ਮਾਂ ਕਾਲੀ ਮਿਰਚ ਨੇ ਉਸੇ ਸਮਝਾਉਂਦੇ ਆਖਿਆ ਤੀਏ ਰਾਹ ਵਿੱਚ ਬੜੀਆ ਔਕੜਾਂ ਨੇ ਔਕੜਨ ਤਾਰਤੰਦਾ ਮੁਸ਼ਕਿਲਾਂ ਜਦੋਂ ਕਦੇ ਤੇਰਾ ਮਾਮਾ ਆਵੇਗਾ ਤਾਂ ਤੂੰ ਉਸਦੇ ਨਾਲ ਚਲੀ ਜਾਵੇਂ ਤੂੰ ਜੇ ਰਾਹ ਭੁੱਲ ਗਈ ਤਾਂ ਫੇਰ ਕੀ ਕਰੇਂਗੀ ਪਰ ਹਰਦੀ ਨੇ ਤਾਂ ਨਾਨਕੇ ਕਰ ਜਾਣ ਦੀ ਜਿਵੇਂ ਜਿੱਥੀ ਫੜ ਲਈ ਸੋਚ ਸੋਚ ਕੇ ਮਾਨਸ ਹੁੰਡ ਨੂੰ ਕਿਆ ਹੁੰਡਤੀਏ ਐਉਂ ਕਰ ਤੂੰ ਵੀ ਇਹਦੇ ਨਾਲ ਚਲੇ ਜਾ ਇੱਕ ਤੇ ਇੱਕ 2 11 ਹੁੰਦੇ ਨੇ ਰਾਵੀ ਚ ਸਾਥ ਰਹੇਗਾ ਲੰਬਾ ਪਿੰਡ ਹੈ ਪਿੰਡ ਦਾ ਅਰਤ ਹੁੰਦਾ ਰਸਤਾ ਵੀ ਰਸਤਾ ਲੰਬਾ ਹੈ ਰਾਵ ਵਿੱਚ ਦਰਿਆ ਵੀ ਪੈਂਦਾ ਉਸ ਵਿੱਚੋਂ ਲੰਘਦਿਆ ਤਾਂ ਮੈਨੂੰ ਕੱਲੀ ਨੂੰ ਵੀ ਡਰ ਲੱਗਦਾ ਐ ਤਾਂ ਓੰਜ ਹੀ ਅਜੀ ਨਿਆਣੀ ਐ ਪਰ ਹੁੰਡ ਦੀ ਹਲਦੀ ਨਾਲ ਐਵੇਂ ਹੀ ਅਨਜਾਣੇ ਆਗਮਨ ਕੀ ਨਿੱਕੀ ਗੱਲ ਉੱਤੇ ਵੀ ਨੋਕਜੋਕ ਹੁੰਦੀ ਰਹਿੰਦੀ ਸੀ ਜਿਵੇਂ ਪੈਣ ਫਰਾਵਾ ਵਿੱਚ ਨੋਕਜੋਕ ਹੁੰਦੀ ਰਹਿੰਦੀ ਹੈ ਇਸੇ ਤਰ੍ਹਾਂ ਚੁੰਡ ਤੇ ਹੱਲਦੀ ਵਿੱਚ ਵੀ ਨੋਕਜੋਕ ਹੁੰਦੀ ਰਹਿੰਦੀ ਸੀ ਚੁੰਡ ਰਤਾ ਕੋੜੇ ਸਬਾਅ ਦੀ ਸੀ ਹਮੇਸ਼ਾ ਹੀ ਆਪਣੀ ਆਕੜ ਵਿੱਚ ਰਹਿੰਦੀ ਸੀ ਉਹ ਕਹਿਣ ਲੱਗੀ ਮਾਂ ਮੈਂ ਨਹੀਂ ਜਾਣਾ ਮੇਰਾ ਜਦੋਂ ਜੀ ਕੀਤਾ ਮੈਂ ਚਲੀ ਜਾਵਾਂਗੀ ਅਖੀ ਹੱਲਦੀ ਜਿੱਦ ਕਰਕੇ ਇਕੱਲੀ ਹੀ ਕਰੋ ਤੁਰ ਪਈ ਰਾਹ ਵਿੱਚ ਦਰਿਆ ਆਇਆ ਠਾਠਾ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ ਫਿਰ ਉਹਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਹ ਦੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੀ ਨੂੰ ਕਿਹਾ ਮੈਂ ਤੈਨੂੰ ਰਾਤ ਦੇ ਦੇਵਾਂਗਾ ਪਰ ਤੂੰ ਪਹਿਲੋ ਉਹ ਸਾਹਮਣੇ ਪੇ ਕੁਝ ਪੱਥਰ ਚੁੱਕ ਲਿਆ ਤਾਂ ਜੋ ਪਿੱਛੇ ਆਉਣ ਵਾਲੇ ਮੁਸਾਫਰਾਂ ਲਈ ਵੀ ਇੱਕ ਪੁਲ ਬਣ ਜਾਵੇ ਹਲਦੀ ਮੰਨ ਗਈ ਤੇ ਨੇੜੇ ਹੀ ਪੇ ਪੱਥਰ ਢੋ ਕੇ ਲਿਆਉਣ ਲੱਗੀ ਉਨ ਨੂੰ ਇਸ ਤਰ੍ਹਾਂ ਪੁਲ ਬਣਾਉਂਦੇ ਆ ਵੇ ਕਿ ਕਈ ਦੂਜੇ ਮੁਸਾਫਿਰ ਵੀ ਉਹਦੀ ਮਦਦ ਕਰਨ ਲੱਗੇ ਇੰਜ ਹੌਲੀ ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਅਤੇ ਹਲਦੀ ਉਸ ਪੁਲ ਉੱਤੋਂ ਦੀ ਦਰਿਆ ਤੋਂ ਪਾਰ ਲੰਘ ਗਈ ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਂਵੇਂ ਹੇਠ ਲੇਟ ਗਈ ਤੇ ਸੌ ਗਈ ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦਾ ਥਕੇ ਮਤ ਲੱਚੁੱਕਾ ਸੀ ਪਰ ਉਸ ਨੂੰ ਭੁੱਖ ਲੱਗੀ ਹੋਈ ਸੀ ਆਸੇ-ਪਾਸੇ ਦੇਖਦਿਆਂ ਉਸ ਦੀ ਨਜ਼ਰ ਇੱਕ ਬੇਰੀ ਉੱਤੇ ਜਾ ਪਈ ਜਿਸ ਉੱਤੇ ਸੂਹੇ-ਸੂਹੇ 베ਰ ਲੱਗੇ ਹੋਏ ਸਨ ਸੂਹੇ-ਸੂਹੇ ਦਾ ਅਰਥ ਹੁੰਦਾ ਲਾਲ ਰੰਗ ਦੇ ਯਾਨੀ ਕਿ ਲਾਲ ਰੰਗ ਦੇ 베ਰ ਲੱਗੇ ਹੋਏ ਸਨ 베ਰੀ 마ਸੀ 베ਰ ਦੇ ਮੈਂ ਤਾਂ ਤੇਰੀ ਧੀ ਤਿਆਣੀ ਪਰ ਇਸ ਵੇਲੇ ਭੁਖੀ ਪਾਣੀ 베ਰੀ ਨੇ ਹਿਲਦੀ ਨੂੰ ਕਿਹਾ ਤੇ ਇਹ ਪਹਿਲਾਂ ਮੇਰੇ ਹਿੱਟੋਂ ਸਾਰੇ ਕੰਡੇ ਹੁੰਜਦੇ ਫਿਰ ਮੈਂ ਤੈਨੂੰ ਖਾਣ ਲਈ ਲਾਲ ਸੂਏ 베ਰ ਦੇਵਾਂਗੀ ਹੁਣ ਤੇ ਇਹਦਾ ਅਰਥ ਹੈ ਇਕੱਠੇ ਕਰਦੇ ਵੀ ਸਾਰੇ ਕੰਡਿਆਂ ਨੂੰ ਪਰਾਂ ਕਰਦੇ ਫਿਰ ਮੈਂ ਤੈਨੂੰ 베ਰ ਦਵਾਂਗੀ ਕਿਉਂਕਿ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ 베ਰ ਖਾਣ ਆਣੇ ਉਹਨਾਂ ਦੇ ਪੈਰਾਂ ਮੇਰੇ ਹੇਠਾਂ ਕਿਲਰੇ ਕੰਡੇ ਪੁੱਜ ਜਾਣਗੇ ਯਾਨੀ ਕਿ ਚੁੱਬ ਜਾਣਗੇ ਬਈ ਹਲ 베ਰੀ ਨੇ ਹਲਦੀ ਨੂੰ ਕਿਹਾ ਕਿ ਤੂੰ ਕੰਡੇ ਇਕੱਠੇ ਕਰ ਦੇ ਫਿਰ ਮੈਂ ਤੈਨੂੰ 베ਰ ਦਵਾਂਗੀ ਕਿਉਂਕਿ ਬੱਚੇ ਆਨੇ ਆਣੇ ਫਿਰ ਉਹਨਾਂ ਦੇ ਪੈਰਾਂ ਵਿੱਚ ਕੰਡੇ ਨਾ ਚੁੱਬ ਜਾਣ ਖਲਦੀ ਨੇ ਇੱਕ ਟਾਣੀ ਲੈ ਕੇ 베ਰੀ ហេਠਾ ਬੁਹਾਰੀ ਫੇਰ ਕੇ ਕੰਡੇ ਹੋਝ ਕੇ ਇੱਕ ਪਾਸੇ ਟੇਰੀ ਲਾ ਦਿੱਤੀ ਬੁਹਾਰੀ ਦਾ ਅਰਥ ਹੁੰਦਾ ਛਾੜੂ ਯਾਨੀ ਕਿ ਹਰਦੀ ਨੇ ਕੀ ਕੀਤਾ ਇੱਕ ਟਾਣੀ ਫੜੀ ਉਹਦੇ ਨਾਲ ਛਾੜੂ ਮਾਰਿਆ ਤੇ ਸਾਰੇ ਕੰਡਿਆਂ ਨੂੰ ਇਕੱਠਾ ਕਰ ਦਿੱਤਾ ਫਿਰ 베ਰੀ ਨੇ ਉਸ ਨੂੰ ਆਪਣੇ ਮਿੱਠੇ ਤੇ ਸੁਕੇ 베ਰ ਖਾਣ ਵਾਸਤੇ ਦਿੱਤੇ ਤੇ ਅਸੀਂ ਹੁਣ ਤੱਕ ਇਹ ਕਹਿ ਦੇਖਿਆ ਉਹਨੇ ਦਰਿਆ ਦੀ ਮਦਦ ਕੀਤੀ ਪੁਲ ਬਣਾਉਣ ਵਿੱਚ ਦਰਿਆ ਨੇ ਉਹਨੂੰ ਰਸਤਾ ਦਿੱਤਾ ਫਿਰ ਬੇਰੀ ਦੀ ਮਦਦ ਕੀਤੀ ਕੰਡੇ ਇਕੱਠੇ ਕੀਤੇ ਗਲ ਮੰਨੀ ਬੇਰੀ ਦੀ ਬੇਰੀ ਨੇ ਉਹਨੂੰ ਸੂਹੇ ਮਿੱਠੇ 베ਰ ਦਿੱਤੇ ਹਲਦੀ ਨੇ 베ਰ ਖਾਦੇ ਤੇ ਉੱਥੋਂ ਅੱਗੇ ਚੱਲ ਪਈ ਤੇ ਕੱਲ ਨਾ ਤੇ ਕੱਲਾਂ ਦਾ ਅਰਥ ਹੁੰਦਾ ਸ਼ਾਮ ਸ਼ਾਮ ਵੇਲੇ ਉਹ ਪਿੰਡ ਦੇ ਬਾਹਰ ਬਾੜ ਦਾਣੇ ਪੁੰਨਣ ਵਾਲੀ ਪੱਠੇ ਕੋਲੋਂ ਦੀ ਲੰਗੀ ਇੱਕ ਮਾਈ ਪੱਠੇ ਵਿੱਚ ਦਾਣੇ ਪੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੇ ਮਾਸੀ ਮਾਸੀ ਮੈਨੂੰ ਦਾਣੇ ਦੇ ਤੇਰੀ ਪੜੇਵੀ ਨੂੰ ਬਹੁਤ ਭੁੱਖ ਲੱਗੀ ਐ ਭਨੇ ਵਿਦਾਰਥ ਹੁੰਦਾ ਬੱਚਿਓ ਪੰਜ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਪਹਿਲਾਂ ਮੇਰੀ ਪੱਠੀ ਦੇ ਆਲੇ ਦੁਆਲੇ ਦੇ ਥਾਂ ਸਾਫ਼ ਕਰ ਦੇ ਤੇ ਪੱਠੀ ਵਿੱਚ ਹੋਰ ਚੋਕਾ ਲਾ ਦੇ ਚੋਕਾ ਲਾਦੇ ਦਾ ਅਰਥ ਹੈ ਵੀ ਪੱਠੀ ਨੂੰ ਬਾਲਣ ਵਾਸਤੇ ਨਾ ਕੋਈ ਬਾਲਣ ਜਿਵੇਂ ਕਿ ਲੱਕੜ ਜਾਂ ਕੋਈ ਹੋਰ ਬਾਲਣ ਪੈਂਦਾ ਤੇ ਪੱਠੀ ਵਿੱਚ ਪਹਿਲਾਂ ਬਾਲਣ ਪਾ ਦਿਆਂ ਨੇ ਕਿ ਚੋਕਾ ਲਾ ਦੇ ਹਲਦੀ ਨੇ ਪੱਠੀ ਦਾ ਅਲੱਦ ਵਾਲਾ ਸਾਫ਼ ਕੀਤਾ ਤੇ ਕੱਕ ਕਾਣ ਦੀ ਇੱਕ ਪਾਸੇ ਢੇਰੀ ਲਾ ਕੇ ਉਸੇ ਕੱਕ ਕਾਣ ਵਿੱਚੋਂ ਇੱਕ ਝੋਖਾ ਪੱਠੀ ਵਿੱਚ ਲਾਇਆ ਇਸ ਦਾ ਅਰਥ ਹੈ ਕਿ ਸਫਾਈ ਵਿੱਚੋਂ ਜਿਹੜਾ ਕੱਕ ਕਾਣ ਬਚਿਆ ਉਹਨੇ ਹੀ ਬਾਲਣ ਦਾ ਕੰਮ ਕੀਤਾ ਪੱਠੀ ਵਿੱਚ ਪੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਧਾਣਿਆਂ ਦੀ ਦਿੱਤੀ ਲੱਪ ਦਾ ਅਰਥ ਹੁੰਦਾ ਪੂਰਾ ਹੱਥ ਪਰ ਕੇ ਧਾਣਿਆਂ ਦੀ ਦਿੱਤੀ ਦਾਣੇ ਲੈ ਕੇ ਹਰਦੀ ਅੱਗੇ ਤੁਰ ਪਈ ਅਖੀਰ ਹਰਦੀ ਆਪਣੇ ਨਾਨਕੇ ਪਿੰਡ ਲੂਡਪੁਰ ਜਾ ਪਹੁੰਚੀ ਹੁਣ ਯਾਦ ਰੱਖਣਾ ਕਿ ਹਰਦੀ ਦਾ ਜਿਹੜਾ ਨਾਨਕਾ ਪਿੰਡ ਹੈ ਉਸ ਦਾ ਨਾਂ ਹੈ ਲੂਨਪੁਰ ਜਾ ਪਹੁੰਚੀ ਉੱਥੇ ਉਸ ਸਭਨੇ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ ਉਸ ਦਿਨ ਨਾਨੇ ਨਾਨੀ ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ ਨਾਨਕੇ ਪਿੰਡੋ ਕਈ ਦਿਨ ਰਹੀ ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ ਵੇਲੇ ਬੈਠ ਕੇ ਉਹ ਨਾਨੀ ਦਾ ਚਰਖਾ ਠਾ ਕੇ ਉਸ ਉੱਤੇ ਸੂਤ ਕੱਤਦੀ ਚਰਖੇ ਵਿੱਚ ਜਵੇਂ ਸੂਤ ਕੱਤਿਆ ਜਾਂਦਾ ਉਹ ਕੱਤਦੀ ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ ਰਸੋਈ ਦਾ ਵੀ ਕੰਮ ਕਰਦੀ ਸੀ ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ ਉਸ ਦੇ ਨਾਨਾ ਨਾਨੀ ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰਹਿਣ ਲਈ ਕਿਹਾ ਪਰ ਹਲਦੀ ਨੂੰ ਮਾਪਿਓ ਦੇ ਯਾਦ ਆਉਣ ਲੱਗੀ ਤੇ ਜਦੋਂ ਬੱਚੇ ਸੀ ਕਾਫੀ ਦਿਨ ਨਾਨਕੇ ਰਹਿੰਦੇ ਤਾਂ ਸਾਨੂੰ ਆਪਣੇ ਘਰ ਦੀ ਵੀ ਯਾਦ ਆਉਂਦੀ ਹੈ ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ ਜਿਹੜਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕੱਤਿਆ ਸੀ ਉਸ ਦਿਨਾਨੀ ਨੇ ਉਸ ਨੂੰ ਝੁਲਾਹੇ ਜੁਲਾਏ ਹੁੰਦਾ ਕੱਪੜੇ ਬੁਣਨ ਵਾਲਾ ਪਾਸੋਂ ਉਹਨੂੰ ਪੈਣਵਾ ਕੇ ਆਪਣੀ ਦੋਤੀ ਹਲਦੀ ਰੰਗ ਕਪੜੇ ਸਵਾ ਦਿੱਤੇ। ਮਾਮੀਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸ ਦੇ ਲੜ ਬੰਨ ਦਿੱਤੀ। ਨਾਨੇ ਨੇ ਫਲਾ ਦੇ ਨਿੱਕੀ ਜਿਹੀ ਟੋਕਰੀ ਲੈ ਆ ਕੇ ਦਿੱਤੀ। ਮਾਮੇ ਤੇ ਮਾਸੀਆਂ ਨੇ ਵੀ ਨਿੱਕੀ ਅਨਿੱਕੀ ਚੀਜ਼ਾਂ ਸਹਿਰੋ ਲੈ ਆ ਕੇ ਉਸ ਦੇ ਚੋਲੇ ਵਿੱਚ ਪਾ ਦਿੱਤੀਆਂ। ਹਲਦੀ ਵਾਪਸ ਕਰ ਜਾਂਦੇ ਸਭ ਤੋਂ ਪਹਿਲਾ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ ਮਾਸੀ ਨੇ ਮਾਸੀ ਤੇ ਰੀਤੀ ਰੀਤੀ ਆਣੀ ਕਰ ਚੱਲੀ ਰਤਾ ਕੋਠਰ ਪਣੇ ਵੀਏ ਮੇਰੇ ਕੋਈ ਕੁਛ ਪੁੰਨੇ ਹੋਏ ਛੋਲੇ ਲੈਂਦੀ ਜਾ ਮਾਈ ਨੇ ਉਸ ਨੂੰ ਪੁੱਜੇ ਹੋਏ ਛੋਲੇ ਦਿੱਤੇ ਹਲਦੀ ਪੱਠੀ ਵਾਲੀ ਮਾਈ ਕੋ ਲੋ ਲਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਸ ਨੂੰ ਉਹੀ 베ਰੀ ਮਿਲੀ ਹਲਦੀ 베ਰੀ ਨੂੰ ਕਹਿਣ ਲੱਗੀ ਮਾਸੀ ਨਹੀਂ ਮਾਸੀ ਤੇਰੀ ਤੇ ਤੇਣੀ ਨਾਨਕ ਕਿਉਂ ਹੋਾਈ 베ਰੀ ਨੇ ਹਲਦੀ ਦਾ ਸਿਰ ਪਰੋਸਦਿਆਂ ਕਿਹਾ ਰਤਾ ਫੈਰਤੀ ਏ ਐ ਮੇਰੇ ਕੋਲੋਂ ਥੋੜੇ ਜਿਹੇ 베ਰ ਲੈਂਦੀ ਜਾ ਮੈਂ ਸੁਹੇ ਲਾਲ 베ਰ ਤੇਰੇ ਲਈ ਹੀ ਸਾਮ ਰੱਖੇ ਨੇ 베ਰੀ ਤੋਂ 베ਰ ਲੈ ਕੇ ਹਲਦੀ ਨੇ ਚੁੰਨੀ ਦੇ ਦੁਜੇ ਲੜਨ ਨਾਲ ਬਨਲੇ ਤੇ ਨੱਚਦੀ ਟਰਪਦੀ ਅੱਗੇ ਤੁਰ ਪਈ ਅੱਗੇ ਦਰਿਆ ਆ ਗਿਆ ਹਲਦੀ ਪੁੱਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ ਦਰਿਆ ਬਾਬਾ ਮੈਂ ਨਾਨਕੀ ਹੁਆਈ ਆਂ ਦਰਿਆ ਨੇ ਹਲਦੀ ਦਾ ਸਿਰ ਪਲੋਸਦਿਆਂ ਤੇ ਢੇਰ ਸਾਰੇ ਸਿੱਪੀਆਂ ਤੇ ਘੋਗੇ ਦੇਖ ਕੇ ਕਹਿਣ ਲੱਗਾ ਧੀਏ ਤਿਆਣੀ ਐ ਮੈਨੂੰ ਤੇਰਾ ਬਹੁਤ ਮਉ ਆਂਦਾ ਕਦੇ-ਕਦੇ ਮੇਰੇ ਵੱਲ ਫੇਰਾ ਮਾਰ ਤੀਂ ਰਿਹਾ ਕਰੀ ਹਲਦੀ ਨੇ ਉਹ ਘੋਗੇ ਤੇ ਸਿੱਪੀਆਂ ਵਿੱਚ ਉੰਨੀ دیر ਲੜ ਨਾਲ ਬੰਨ ਲੇ ਫੇਰ ਉਹ ਆਪਣੇ ਘਰ ਵੱਲ ਤੁਰ ਪਈ ਹਲਦੀ ਖਾਣ ਪੈਣਨ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ ਹਲਕੀ ਹੋਇਆ ਕਿ ਹਲਦੀ ਨੇ ਸਾਰਿਆਂ ਨੂੰ ਪਿਆਰ ਕੀਤਾ ਸਾਰਿਆਂ ਸਾਰਿਆਂ ਦਾ ਕਿਹਾ ਮੰਨਿਆ ਤੇ ਬਾਕੀ ਸਾਰਿਆਂ ਨੇ ਵੀ ਹਲਦੀ ਨੂੰ ਪਿਆਰ ਕੀਤਾ ਅਤੇ ਉਸ ਨੂੰ ਕੁਝ ਨਾ ਕੁਝ ਤੋਹਫੇ ਦਿੱਤੇ ਹਲਦੀ ਨੂੰ ਬਹੁਤ ਖੁਸ਼ ਵੇਖ ਕੇ ਸੌਂਡ ਕਹਿਣ ਲੱਗੀ ਮਾਂ ਮਾਂ ਮੈਂ ਵੀ ਨਾਨਕੇ ਜਾਣੇ ਮਾਂ ਨੇ ਉਸ ਨੂੰ ਸਮਝਾਉਂਦੇ ਕਹਤੀ ਹੈ ਇੱਕ ਤਾਂ ਰਿਸ਼ਤਾ ਵਿਖੜਾ ਹੈ ਦੂਜਾ ਤੇਰਾ ਤੇ ਸੁਭਾਅ ਵੀ ਰਤਾ ਰੁੱਖਾ ਹੈ ਤੂੰ ਕੱਲ੍ਹ ਕਿਧਰੇ ਨਾ ਜਾ ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉਹਦੇ ਨਾਲ ਚਲੀ ਜਾਵੀ ਪਰ ਸੁੰਡ ਨੇ ਮਾਦੀ ਇੱਕ ਨਾ ਮੰਨੀ ਸੁੰਡ ਕਰੋ ਤੁਰਪਈ ਨਾ ਮਾਤਰੋ ਸੀਸ ਲਈ ਤੇ ਨਾ ਪਿਓ ਦੀ ਆਗਿਆ ਲਈ ਜਾਣ ਵੇਲੇ ਜਦੋਂ ਹਲਦੀ ਨੇ ਸੁੰਡ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਡ ਸਗੋਂ ਉਹਦੇ ਨਾਲ ਝਗੜ ਪਈ ਤੇ ਰੁੱਕੀ ਹੋ ਕੇ ਕਹਿਣ ਲੱਗੀ ਤੂੰ ਕੌਣ ਹੁੰਦੀ ਹੈ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ ਹਲਦੀ ਨੇ ਛੋਟੀ ਪੈਂਟ ਸੁਣਨ ਨੂੰ ਸਮਝਾਉਂਦੇ ਕਿ ਐਸੇ ਸੁਣਨ ਪੈਣੇ ਮਾਂ ਠੀਕ ਕਹਿੰਦੀ ਐ ਉੰਜ ਵੀ ਸਿਆਣੇ ਕਹਿੰਦੇ ਨੇ ਕਿ ਕੋਈ ਕੰਮ ਕਰਨ ਲੱਗਿਆ ਜੇ ਕੋਲ ਹੋਰ ਕੋਈ ਨਾ ਹੋਵੇ ਤਾਂ ਕੰਦਾ ਨਾਲ ਹੀ ਸਲਾਹ ਕਰ ਲੈਣ ਕਰ ਲਈਦੀ ਹੈ ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚਲੀ ਜਾਵੀਂ ਮੈਨੂੰ ਤੇਰੇ ਤੋਂ ਵੱਧ ਸਮਝ ਆਇਆ ਵੱਡੀ ਐ ਇਹ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੇ ਹੀ ਐ ਕਹਿ ਕੇ ਉਹ ਕਰੂੰ ਤੁਰ ਪਈ ਰਾਹ ਵਿੱਚ ਪਹਿਲਾਂ ਦਰਿਆ ਆਇਆ ਉਹ ਪੁੱਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ ਤੇ ਇਹ ਚਾਰ ਪੱਥਰ ਪੁੱਲ ਲਈ ਰੱਖ ਦੀ ਜਾ ਇਸ ਤਰ੍ਹਾਂ ਪੁੱਲ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘੜ ਵਾਲੇ ਹੋਰ ਮੁਸਾਫਰਾਂ ਨੂੰ ਵਦੇਰੇ ਸੂਖ ਰਹੇਗੀ ਤੇ ਇਹ ਪੁੱਲ ਕਿੰਨੇ ਬਣਾਇਆ ਸੀਗਾ ਤੇ ਇਹ ਪੁੱਲ ਹਲਦੀ ਨੇ ਬਣਾਇਆ ਸੀਗਾ ਮੁਸਾਫਰਾ ਦੀ ਮਦਦ ਨਾਲ ਮੈਂ ਕੋਈ ਤੇਰੀ ਨੌਕਰ ਆ ਸੁਣਨੇ ਦਰਿਆ ਨੂੰ ਖਿੱਚਦੇ ਹੋਏ ਕਿਹਾ ਦਰਿਆ पार ਕਰਕੇ ਸੁੰਡ ਕਾਲੇ 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 ਯਾਨੀ ਕਿ ਜਲਦੀ ਜਲਦੀ ਛੇਤੀ ਛੇਤੀ ਕਦਮ ਪੁੱਟਦੀ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਹ 베ਰੀ ਆਈ ਸੁੰਡ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ 베ਰੀ ਨੂੰ ਜ਼ੋਰ ਦੀ ਹਲੋਣਾ ਦੇਣ ਲੱਗ ਗਈ ਸੁੰਡ ਨੂੰ ਇਹ ਕਰਦਿਆ ਵੇਖ 베ਰੀ ਨੇ ਕਹਿਤੀ ਏ ਜੇ ਤੂੰ ਤਾਜ਼ੇ ਤੇ ਮਿੱਠੇ 베ਰ ਖਾਣਾ ਚਾਹਦੀ ਆ ਤਾਂ ਪਹਿਲਾਂ ਮੇਰੇ ਹੇਠ ਬੁਹਾਰੀ ਦੇ ਦੇ ਤੇ ਕੰਡੇ ਹੁੰਜ ਦੇ ਜਾ ਯਾਨੀ ਕਿ ਝਾੜੂ ਲਗਾ ਦੇ ਤੇ ਕੰਡਿਆਂ ਨੂੰ ਇਕੱਠਾ ਕਰ ਦੇ ਹੁਣੇ ਪਿੰਡੋਂ ਬੱਚੇ ਮੇਰੇ ਬੇਰ ਖਾਣਾ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁਬਣਗੇ ਪਰ ਸੁੰਣ ਨੇ 베ਰੀ ਦੀ ਇੱਕ ਨਾ ਸੁਣੀ ਉਹ 베ਰੀ ਦੀ ਟਾਹਣੀਆਂ ਨੂੰ ਹਲੂਣਦੀ ਰਹੀ ਪਰ ਮੰਦੇ ਪਾਗਾਂ ਨੂੰ ਇੱਕ ਵੀ 베ਰ ហេਠਾ ਨਾ ਡਿੱਗਿਆ ਉਹਨੇ ਟਾਰਿਆ ਟਾਹਣੀਆਂ ਨੂੰ ਹਿਲਾਇਆ ਪਰ 베ਰ ਨਾ ਡਿੱਗਿਆ ਕਿਉਂਕਿ ਉਹਨੇ 베ਰੀ ਦੀ ਗੱਲ ਉਹ ਨਹੀਂ ਮੰਨੀ ਸੀ ਦੁਰਦੀ ਦੁਰਦੀ ਸੁੰਡ ਪੱਠੀ ਕੋਲ ਪਹੁੰਚੀ ਪੱਠੀ ਵਿੱਚ ਕੁਝ ਦਾਣੇ ਪਏ ਹੋਏ ਤੇ ਬਿਨਾ ਪੁੱਛੇ ਇੱਕ ਲੱਪ ਦਾਣਿਆਂ ਦੀ ਪਰ ਲਈ ਲੱਪ ਦਾ ਅਰਥ ਹੁੰਦਾ ਪੂਰਾ ਮੁਠੀ ਭਰ ਕੇ ਦਾਣੇ ਆਪਣੇ ਹੱਥਾਂ ਵਿੱਚ ਲੈ ਲਏ ਉਸ ਨੇ ਪੱਠੀ ਵਾਲੀ ਦੀ ਇੱਕ ਨਾ ਸੁਣੀ ਜਾਣ ਵੇਲੇ ਸੁੰਡ ਨੂੰ ਪੱਠੀ ਵਾਲੀ ਨੇ ਕਿਹਾ ਤੂੰ ਮੁਫਦਾ ਖਾਣ ਹਿੱਲੀ ਹੋਈ ਹੈ ਪਛਤਾਏਗੀ ਤੈਨੂੰ ਕੀ ਤੂੰ ਸੜਦੀ ਰਹਿ ਪੁੱਜਦੀ ਰਹਿ ਇਹ ਕਹਿ ਕੇ ਸੁੰਡ ਅੱਗੇ ਲੰਗੀ ਅਖੀਰ ਸੁੰਡ ਨਾਨਕੇ ਪਹੁੰਚ ਗਈ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ ਨਾ ਹੀ ਸੁੱਖ-ਦੁੱਖ ਪੁੱਛਿਆ ਉਹ ਉਪਰੀ ਜਿਹੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ ਪਰੇ ਰਹਿੰਦੀ ਉਸਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ ਚਰਖਾ ਕੱਟਣਾ ਦਾ ਇੱਕ ਵਾਰ ਸੇ ਉਸਨੇ ਲਤ ਮਾਰ ਕੇ ਚੜਖਾ ਹੀ ਤੋੜ ਦਿੱਤਾ ਕੁਝ ਦਿਨਾਂ ਮਗਰੋਂ ਜਦੋਂ ਸੁੰਣ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੁਕਣ ਲਈ ਜੋਰ ਨਾ ਪਾਇਆ ਸਗੋਂ ਉਸਦੇ ਜਾਣ ਤੇ ਅੰਦਰੋਂ-ਅੰਦਰ ਸਭ ਖੁਸ਼ ਸਾਂਤੇ ਕਹਣ ਲੱਗੇ ਇਸ ਪੈੜੀ ਤੋਂ ਸਾਡੀ ਜਿੰਦ ਛੁੱਟੇਗੀ ਤੇ ਜਿਹੜੀ ਸੁੰਡ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਸੀਗੀ ਚਰਖਾ ਵੀ ਤੋੜ ਦਿੱਤਾ ਕਿਸੇ ਦਾ ਹਾਲ ਚਾਲ ਵੀ ਨਾ ਪੁੱਛਿਆ ਐਸ ਕਰਕੇ ਸਾਰੇ ਉਸ ਤੋਂ ਪਰੇਸ਼ਾਨ ਹੀ ਸਨ ਨਾਨਕਿਆਂ ਨੇ ਸੁੰਡ ਨੂੰ ਤੁਰਨ ਵੇਲੇ ਨਾ ਕਪੜੇ ਦਿੱਤੇ ਨਾ ਫਲ ਨਾ ਮਠਿਆਈ ਸੁੰਡ ਖਿੱਚ ਕੇ ਲੜ ਪਈ ਤੇ ਆਪਣੇ ਘਰ ਵੱਲ ਨੂੰ ਵਾਪਸ ਮੁੜ ਪਈ ਵਾਪਸ ਮੁੜਦੇ ਹਾਰ ਵਿੱਚ ਪੱਠੀ ਆਈ ਜਦੋਂ ਸੁੰਡ ਉਹਦੇ ਕੋਲੋਂ ਦੀ ਲੰਘਣ ਲੱਗੀ ਤਾਂ ਪੱਠੀ ਵਾਲੇ ਨੇ ਉਸਨੂੰ ਬੁਲਾਇਆ ਤੱਕ ਨਾ ਖਿਰਦੇ ਖਿਰਦੇ ਸੁੰਡ ਅੱਗੇ ਤੁਰ ਪਈ ਜਦੋਂ ਉਹ ਬੇਰੀ ਕੋਲ ਪੁੱਜੀ ਤਾਂ ਜਿਸ ਬੇਰੀ ਨੇ ਹਲਦੀ ਨੂੰ ਸਵੇ ਸਵੇ ਬੇਰ ਦਿੱਤੇ ਸਨ ਉਸਨੇ ਇਸਨੂੰ ਕੁਝ ਵੀ ਨਾ ਦਿੱਤਾ ਸਗੋ ਸੁੰਡ ਦੇ ਪੈਰਾਂ ਵਿੱਚ ਕੰਡੇ ਚੁੱਭ ਗਏ ਫੇਰ ਸੁੰਡ ਦਰਿਆ ਕੋਲ ਪਹੁੰਚੀ ਜਦੋਂ ਉਹ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ ਗਿਆ ਪਾਣੀ ਦੀ ਛੱਲਾਂ ਪੁਲ ਨੂੰ ਵਿੱਚ ਹੋ ਰਹੀਆਂ ਸਨ ਸੁੰਡ ਮਸਾ ਬਸਾ ਬਚੀ ਜਜਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਟੁਸਕਣ ਲੱਗੀ ਯਾਨੀ ਕਿ ਰੋਂਣ ਲੱਗੀ ਹੋ ਗਈ ਉਹ ਸੋਚਦੀ ਰਹੀ ਤੇ ਫਿਰ ਮਾਂ ਨੂੰ ਪੁੱਛਣ ਲੱਗੀ ਹਲਦੀ ਕੋਲ ਅਜਿਹਾ ਕੀ ਹੈ ਕਿ ਉਹਨੂੰ ਸਾਰਿਆਂ ਕੋਲੋਂ ਇੰਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ ਮਾਂ ਨੇ ਕਿਹਾ ਹਲਦੀ ਕੋਲ ਪਿਆਰ ਹੈ ਉਹ ਹਰ ਕਿਸੇ ਦੇ ਕੰਮ ਆਉਂਦੀ ਹੈ ਸਭ ਦਾ ਹੱਥ ਵਟਾਉਂਦੀ ਹੈ ਇਹ ਸੁਣ ਕੇ ਜਸੁੰਡ ਨੂੰ ਆਪਣੀ ਗਲਤੀ ਪਤਾ ਲੱਗ ਗਈ ਉਹ ਆਪਣੇ ਕਿਤੇ ਤੇ ਬਹੁਤ ਪਛਤਾਈ ਤੇ ਅੱਗੇ ਤੋਂ ਉਸਨੇ ਚੰਗੇ ਬਣਨ ਦਾ ਪ੍ਰਣ ਕਰ ਲਿਆ ਦੇ ਦੋਸਤੋ ਇਹ ਕਹਾਣੀ ਸਾਨੂੰ ਇਹ ਸਿਖਿਆ ਦਿੰਦੀ ਹੈ ਕਿ ਸਾਨੂੰ ਦੂਜਿਆਂ ਨਾਲ ਪਿਆਰ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ ਵੱਡਿਆਂ ਤੇ ਛੋਟਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਦੂਜਿਆਂ ਦੇ ਕੰਮ ਆਣਾ ਚਾਹੀਦਾ ਹੈ ਤੇ ਐਸੀ ਕਿ ਕਹਾਣੀ ਸੁੰਡ ਤੇ ਹਲਦੀ ਮੈਂ ਉਮੀਦ ਕਰਦਾ ਹਾਂ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੁਣ ਅਸੀਂ ਕਰਦੇ ਹਾਂ ਕੁਝ ਹੋਰ ਯਾਦ ਰੱਖਣ ਯੋਗ ਗੱਲਾਂ ਖਾਤ ਪਦਾਰਥਾਂ ਵਿੱਚ ਸੁੰਡ ਗਰਮ ਤੇ ਹਲਦੀ ਠੰਡੀ ਹੁੰਦੀ ਹੈ ਸੁੰਡ ਅਦਰਕ ਹੁੰਦੀ ਹੈ ਅਦਰਕ ਦਾ ਪਾਊਡਰ ਗਰਮ ਹੁੰਦਾ ਤੇ ਹਲਦੀ ਠੰਡੀ ਹੁੰਦੀ ਹੈ ਸਾਨੂੰ ਮਾਤਾ ਪਿਤਾ ਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ ਹੁਣ ਅਸੀਂ ਇਸ ਪਾਠ ਦਾ ਪਾਠ ਅਭਿਆਸ ਕਰਾਂਗੇ ਸਭ ਤੋਂ ਪਹਿਲਾਂ ਹੈ ਜ਼ਬਾਨੀ ਅਭਿਆਸ ਕਹਾਣੀ ਵਿੱਚ ਸੁੰਡ ਤੇ ਹਲਦੀ ਦੀ ماں ਕੌਣ ਹੈ ਕਾਲੀ ਮਿਰਚ 1 1 3 2 11 ਦਾ ਕੀ ਮਤਲਬ ਹੈ ਇਸ ਦਾ ਮਤਲਬ ਹੈ ਕਿ ਸਾਥ ਹੋਣ ਤੇ ਕੰਮ ਕਰਨ ਦੀ ਹਿੰਮਤ ਵੱਧ ਜਾਂਦੀ ਹੈ ਪਰ ਇਹ ਵੀ ਕੌਣ ਹੁੰਦੀ ਹੈ ਪੰਜੀ ਸਾਨੂੰ ਸਿੱਪਿਆਂ ਤੇ ਕੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ਦਰਿਆਵਾਂ ਤੋਂ ਹਲਦੀ ਨੇ ਮਾਨੂੰ ਕੀ ਕਿਹਾ ਹਲਦੀ ਨੇ ਮਾਨੂੰ ਕਿਹਾ ਕਿ ਉਸਨੇ ਨਾਨਕੇ ਘਰ ਜਾਣਾ ਹੈ ਮਾਂ ਨੇ ਸੁੰਨੂ ਕੀ ਕਿਹਾ ਤੇ ਸੁੰਨ ਨੇ ਮਾਨੂੰ ਕੀ ਕਿਹਾ ਮਾਂ ਨੇ ਸੁੰਡ ਨੂੰ ਹਲਦੀ ਨਾਲ ਨਾਨਕੇ ਘਰ ਜਾਣ ਲਈ ਕਿਹਾ ਪਰ ਸੁੰਡ ਨੇ ਇਨਕਾਰ ਕਰ ਦਿੱਤਾ ਦਰਿਆ ਉਤੇ ਪੁਲ ਕਿਵੇਂ ਬਣ ਗਿਆ ਹਲਦੀ ਦੁਆਰਾ ਦੂਸਰੇ ਮੁਸਾਫਰਾ ਦੀ ਮਦਦ ਨਾਲ ਪੱਥਰ ਜੋੜ-ਜੋੜ ਕੇ ਦਰਿਆ ਉਤੇ ਪੁਲ ਬਣ ਗਿਆ ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ ਕਿਉਂਕਿ ਹਲਦੀ ਹਰੇਕ ਦੇ ਕੰਮ ਆਉਂਦੀ ਸੀ ਅਤੇ ਸਾਰਿਆਂ ਨਾਲ ਚੰਗਾ ਵਰਤਾਓ ਕਰਦੀ ਸੀ ਹਲਦੀ ਅਤੇ ਸੁੰਢ ਦੇ ਸੁਭਾਅ ਵਿੱਚ ਕੀ ਫਰਕ ਸੀ ਖਲਦੀ ਹਰੇਕ ਦਾ ਕਹਿਣਾ ਮੰਦੀ ਤੇ ਕੰਮ ਵਿੱਚ ਹੱਥ ਵਟਾਉਂਦੀ ਸੀ ਜਦ ਕਿ ਸੁੰਢ ਕੋੜੇ ਸੁਭਾਅ ਦੀ ਸੀ ਅਤੇ ਆਕੜ ਵਿੱਚ ਰਹਿੰਦੀ ਸੀ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੁੱਧਿਆਂ ਨਾਲ ਪਿਆਰ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ ਵੱਡੇ ਅਤੇ ਛੋਟਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਦੇ ਕੰਮ ਆਣਾ ਚਾਹੀਦਾ ਹੈ ਸ਼ਬਦ ਜੋੜਾ ਨੂੰ ਵਿਰੋਧੀ ਅਰਥਾਂ ਨਾਲ ਮਿਲਾਓ ਨਿੱਕੀਆਂ ਨਿੱਕੀਆਂ ਵੱਡੀਆਂ ਵੱਡੀਆਂ ਕਦੇ ਕਦੇ ਹਮੇਸ਼ਾ ਹਮੇਸ਼ਾ ਕਾਲੇ ਕਾਲੇ ਖੋਲੀ-ਹੋਲੀ ਪਰੇ-ਪਰੇ ਨੇੜੇ-ਨੇੜੇ ਅੰਦਰੋਂ-ਅੰਦਰ ਬਾਹਰ ਹੁਣ ਹੈ ਪੜਨਾਵ ਸ਼ਬਦਾਂ ਤੇ ਗੋਲਾ ਲਗਾਓ ਪੜਨਾਵ ਸ਼ਬਦ ਉਹ ਹੁੰਦੇ ਜੋ ਕਿ ਨਾਮ ਦੀ ਥਾਂ ਵਰਤੇ ਜਾਂਦੇ ਹਨ ਤੇ ਤੂੰ ਉਸ ਦੇ ਨਾਲ ਚਲੇ ਜਾਵੇਂ ਇਸ ਵਿੱਚ ਪੜਨਾਉ ਹਨ ਤੂੰ ਤੇ ਉਸ ਇਹ ਕਹਿੰਦੀ ਹੋਈ ਉਹ ਚਾਹ ਨਾਲ ਗੁੰਗੁਣਾਉਣ ਲੱਗੀ ਇਸ ਵਿੱਚ ਪੜਨਾਉ ਹਨ ਅਹ ਤੇ ਉਹ ਮੈਂ ਹਾਂ ਤੇਰੀ ਤੀ ਧਿਆਣੀ ਇਸ ਵਿੱਚ ਪੜਨਾਉ ਹਨ ਮੈਂ ਤੇ ਤੇਰੀ ਪਾਠ ਵਿੱਚ ਆਏ ਰਿਸ਼ਤਿਆਂ ਦੀ ਸੂਚੀ ਬਣਾਓ ਤੇ ਦਾਦਕੇ ਦੇ ਰਿਸ਼ਤੇ ਜਿਹੜੇ ਇਸ ਪਾਠ ਵਿੱਚ ਆਏ ਨੇ ਉਹ ਹੈ ਮਾਣ ਤੇ ਪਿਓ ਤੇ ਨਾਨਕੇ ਦੇ ਜਿਹੜੇ ਰਿਸ਼ਤੇ ਇਸ ਪਾਠ ਵਿੱਚ ਆਏ ਨੇ ਮਾਮਾ ਮਾਮੀ ਨਾਨਾ ਨਾਨੀ ਤੇ ਮਸੀ ਤੇ ਜੇ ਕੋਈ ਹੋਰ ਰਿਸ਼ਤਾ ਵੀ ਇਸ 파ਟ ਵਿੱਚ ਆਇਆ ਹੈ ਤੁਸੀਂ ਉਹਨੂੰ ਇਸ ਸੂਚੀ ਵਿੱਚ ਲਿਖ ਸਕਦੇ ਹੋ। ਕਿਟ ਲਿਖੇ ਸ਼ਬਦਾਂ ਦਾ ਕਿਤੇ ਨੰਨ ਮਿਲਾਨ ਕਰੋ। ਜੋਹਾਲਾ ਕਪੜੇ ਬੁਣਨ ਵਾਲਾ ਅਧਿਆਪਕ ਪੜਾਉਣ ਵਾਲਾ ਡਾਕਟਰ ਜਾਂ ਵੈਦ ਮਰੀਜ਼ਾ ਦਾ ਇਲਾਜ ਕਰਨ ਵਾਲਾ ਮੋਚੀ ਚਮੜੇ ਦਾ ਕੰਮ ਕਰਨ ਵਾਲਾ কুমਯਾਰ ਮਿੱਟੀ ਦੇ ਪਾਂਡੇ ਬਣਾਉਣ ਵਾਲਾ ਕਿਸਾਨ ਖੇਤੀ ਕਰਨ ਵਾਲਾ ਲੁਹਾਰ ਲੋਹੇ ਦੇ ਸੰਦ ਬਣਾਉਣ ਵਾਲਾ ਤਰਖਾਨ ਲੱਕੜ ਦਾ ਕੰਮ ਕਰਨ ਵਾਲਾ ਤੇ ਤੋਬੀ ਕਪੜੇ ਤੋਣ ਵਾਲਾ ਇਸ ਤੋਂ ਬਾਅਦ ਕੋਈ 10 ਚੰਗੀਆਂ ਆਦਤਾਂ ਲਿਖੋ ਸਾਨੂੰ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਸਾਨੂੰ ਦੂਜਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਸਾਨੂੰ ਖੂਬ ਪੜਨਾ ਚਾਹੀਦਾ ਹੈ ਸਾਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਸਰੀਰ ਦੀ ਸਫਾਈ ਕਰਨੀ ਚਾਹੀਦੀ ਹੈ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ ਸਾਨੂੰ ਆਲੇ-ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਤੇ ਸਾਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ ਤੇ ਦੋਸਤੋ ਐਸੇ ਕਾ ਪਾਠ ਸੁਣਦੇ ਹਲਦੀ ਮੈਂ ਉਮੀਦ ਕਰਦਾ ਹਾਂ ਕਿ ਆਪ ਸਾਰਿਆਂ ਨੂੰ ਇਹ ਪਾਠ ਸੰਗੀਤ ਨਾਲ ਸਮਝ ਆ ਗਿਆ ਹੋਣਾ ਤੇ ਸਾਡੇ ਨਾਲ ਤੁਸੀਂ ਇਸ ਪਾਠ ਦਾ ਅਭਿਆਸ ਵੀ ਹਲ ਕਰ ਲਿਆ ਹੋਵੇਗਾ ਜੇ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰੋ YouTube ਚੈਨਲ ਸਪੋਰਟ ਫॉर এডੂਕੇਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ ਤੁਹਾਡਾ ਅਗਲਾ ਪਾਰਟ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ